ਅੱਜ ਅਸੀਂ ਖੜ੍ਹੇ ਹਾਂ ਘੁਮਿਆਰ ਬਸਤੀ ਦੀ ਧਰਮਸ਼ਾਲਾ ਵਿਖੇ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਜੋ ਵਰਕਰ ਹਨ ਕਾਫੀ ਭਾਰੀ ਮਾਤਰਾ ਵਿੱਚ ਇਕੱਠੇ ਹੋਏ ਹਨ ਅਤੇ ਇਹਨਾਂ ਨੂੰ ਸੰਬੋਧਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਜੋ ਆਮ ਵਲੰਟੀਅਰ ਹਨ ਉੱਥੇ ਪਹੁੰਚੇ ਹਨ। ਇਸ ਮੌਕੇ ਮਿੰਕੂ ਜਵੰਦਾ ਜੀ, ਦਿਨੇਸ਼ ਬਾਂਸਲ ਜੀ, ਭੈਣ ਨਰਿੰਦਰ ਕੌਰ ਭਰਾ ਜੀ ਅਤੇ ਜਸਵੀਰ ਸਿੰਘ ਖੁੱਡੀ ਜਨਰਲ ਸਕੱਤਰ ਨੇ ਉਹ ਵੀ ਪਹੁੰਚੇ ਸਨ ਅਤੇ ਜੋ ਕੇਜਰੀਵਾਲ ਦੀ ਤੀਜੀ ਗਰੰਟੀ ਸੀ ਉਹਦੇ ਸੰਬੰਧ ਵਿੱਚ ਅੱਜ ਇੱਥੇ 3 ਘੰਟਿਆਂ ਦੀ ਗੱਲਬਾਤ ਕਰਨ ਆਏ ਸੀ। ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ, ਆਓ ਤੁਹਾਡੇ ਨਾਲ ਕਰਨੇ ਗੱਲਬਾਤ। ਕੀ ਨਾਮ ਹੈ ਸਰ? ਕੋਈ ਗੱਲ, ਮੇਰਾ ਜੀ ਡਾਕਟਰ ਵਿਰਿੰਦਰ ਜੀ ਸੀ, ਮਿੰਕੂ ਚਵੱਦਾ। ਸਰ ਅੱਜ ਆਪਣਾ ਕਾਫੀ ਇਕੱਠੇ ਹੈ ਉਰੇ, ਕਾਫੀ ਲੋਕ ਉਤਸ਼ਾਹ ਚ ਨੇ, ਕੀ ਕਹਿਣਾ ਚਾਹੁੰਦੇ? ਅੱਜ ਅਸੀਂ ਸਾਰੇ ਜਿੰਨੇ ਵੀ ਅਸੀਂ ਪਾਰਟੀ ਦੇ ਵਲੰਟੀਅਰ ਅੱਜ ਸਾਰਿਆਂ ਨੇ ਮਿਲ ਕੇ ਅੱਜ ਇੱਥੇ ਬਹੁਤ ਇਕੱਠ ਕੀਤਾ, ਸਾਰਿਆਂ ਦੀ ਮਿਹਨਤ ਨਾਲ ਅੱਜ ਜਿਹੜਾ ਇਕੱਠ ਹੋਇਆ। ਜਿੰਨੇ ਵੀ ਅਸੀਂ ਪਾਰਟੀ 'ਚ ਕੰਮ ਕਰਦੇ ਹਾਂ ਸਾਰਿਆਂ ਨੇ ਰਲ ਕੇ ਮਿਲ ਕੇ ਸਾਰਿਆਂ ਨੇ ਕੰਮ ਕੀਤਾ, ਇਕੱਠਿਆਂ ਨੇ ਕੰਮ ਕਰਕੇ ਅੱਜ ਸਾਰਾ ਇਕੱਠ ਕੀਤਾ। ਔਰ ਅਸੀਂ ਧੰਨਵਾਦ ਕਰਦਾ ਮੈਂ ਸਾਰੇ ਵਲੰਟੀਅਰਸ ਦਾ, ਧੰਨਵਾਦ ਕਰਦਾ ਮੈਂ ਆਪਣੇ ਸਾਰੇ ਕਲੀਗਸ ਦਾ, ਦਿਨੇਸ਼ ਜੀ ਦਾ, ਨਰਿੰਦਰ ਭੈਣ ਦਾ, ਸਾਰਿਆਂ ਦਾ, ਕਿ ਜਿਨ੍ਹਾਂ ਨੇ ਮਿਹਨਤ ਕਰਕੇ ਅੱਜ ਇਕੱਠ ਕੀਤਾ। ਅੱਜ ਜਿਹੜਾ ਜਨ ਸੰਵਾਦ ਸੀਗਾ, ਅੱਜ ਜਨ ਸੰਵਾਦ ਬਹੁਤ ਕਾਮਯਾਬ ਰਿਹਾ ਕਿਉਂਕਿ ਇਹਦੇ ਵਿੱਚ ਸਾਨੂੰ ਪਤਾ ਲੱਗਦਾ ਕਿ ਲੋਕਾਂ ਦੇ ਕੀ ਕੁਐਸਚਨ ਨੇ, ਲੋਕ ਸਾਡੇ ਤੋਂ ਕੀ ਚਾਹੁੰਦੇ ਨੇ। ਅੱਜ ਉਹਨਾਂ ਨੇ ਭਾਅ ਜੀ ਨਾਲ ਗੱਲਾਂ ਬਾਤਾਂ ਕੀਤੀਆਂ, ਉਹਦੇ ਬਹੁਤ ਜਵਾਬ ਦਿੱਤੇ ਅਤੇ ਬਹੁਤ ਕਾਮਯਾਬ ਜਨ ਸੰਵਾਦ ਰਿਹਾ। ਔਰ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਫਿਰ ਇੱਕ ਵਾਰ ਜੀ, ਬਹੁਤ ਬਹੁਤ ਧੰਨਵਾਦ। ਸਰ ਸਕੀਮ ਦੀ ਅਨਾਊਂਸਮੈਂਟ ਲੈ ਕੇ ਕਾਫੀ ਲੋਕਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਵੀ ਸਕੀਮ, ਸੀ ਐਮ ਦੀ ਸੀਟਾਂ ਅਨਾਊਂਸ ਨਹੀਂ ਕੀਤੀ ਜਾ ਰਹੀ, ਉਹਦੇ ਬਾਰੇ ਤੁਸੀਂ? ਜਿਹੜੀ ਸੀ ਐਮ ਦੀ ਸੀਟ ਆ, ਦੇਖੋ ਮੇਰਾ ਕੱਦ ਨਹੀਂ ਹੈਗਾ ਕਿ ਮੈਂ ਤੁਹਾਨੂੰ ਉਹਦੇ ਬਾਰੇ ਗੱਲ ਕਰ ਸਕਾਂ, ਠੀਕ ਹੈ। ਮੈਂ ਇੱਕ ਵਲੰਟੀਅਰ ਹਾਂ, ਉਹ ਸਾਡੀ ਜਿਹੜੀ ਕੋਰ ਕਮੇਟੀ ਆ ਉਹੀ ਦੱਸ ਸਕਦੀ ਆ। ਇਹ ਐਡਾ ਵੱਡਾ ਮੇਰਾ ਕੱਦ ਨਹੀਂ ਕਿ ਮੈਂ ਤੁਹਾਨੂੰ ਸੀ ਐਮ ਸੀਟ ਬਾਰੇ ਗੱਲ ਕਰ ਸਕਾਂ ਜਾਂ ਉਹਦੇ ਬਾਰੇ ਦੱਸ ਸਕਾਂ। ਨਰਿੰਦਰ ਗੋਪਰਾਜ, ਅੱਜ ਆਪਾਂ ਇੱਥੇ ਇਕੱਠ ਕੀਤਾ ਗਾ, ਕਾਫੀ ਇਕੱਠ ਲੋਕਾਂ ਦਾ ਸੰਬੋਧਨ ਕਰਨਾ, ਕੀ ਕਹਿਣਾ ਚਾਹੁੰਦੇ? ਬਿਲਕੁਲ, ਆਮ ਆਦਮੀ ਪਾਰਟੀ ਨੇ ਜਿਹੜੇ ਦਿੱਲੀ ਦੇ ਜਿਹੜੇ ਸਾਡੇ ਮੁੱਖ ਮੰਤਰੀ ਨੇ, ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀ ਤੀਸਰੀ ਗਰੰਟੀ ਜਿਹਦੇ ਵਿੱਚ ਕਿ ਉਹਨਾਂ ਨੇ ਮਹਿਲਾਵਾਂ ਦੇ ਲਈ ਜਿਹੜਾ 18 ਸਾਲ ਦੀ ਉਮਰ ਤੋਂ ਲੈ ਕੇ ਹਰ ਮਹੀਨੇ ਜਿਹੜਾ ਉਹਨਾਂ ਨੂੰ 1000 ਰੁਪਇਆ ਜਿਹੜਾ ਕੀਤਾ ਗਿਆ, ਅਨਾਊਂਸ ਕੀਤਾ ਗਿਆ, ਤਾਂ ਬਹੁਤ ਵੱਡੀ ਗੱਲ ਆ ਕਿ ਜਿਹੜੀਆਂ ਮੈਂ ਇੱਕ ਖੁਦ ਇੱਕ ਸਟੂਡੈਂਟ ਹੋਣ ਦੇ ਨਾਤੇ ਮੈਂ ਇਹ ਚੀਜ਼ ਨੂੰ ਸਮਝ ਸਕਦੀ ਹਾਂ ਕਿ ਉਹ 1000 ਰੁਪਇਆ ਜੀ ਉਹਨਾਂ ਕੁੜੀਆਂ ਦੇ ਲਈ ਜਿਹੜੀਆਂ ਕਿ ਬੱਸਾਂ ਦੇ ਵਿੱਚ ਧੱਕੇ ਖਾ ਕੇ ਆਪਣੇ ਕਾਲਜ ਤੱਕ ਦੀ ਜਾਂ ਆਪਣੀ ਹਾਇਰ ਐਜੂਕੇਸ਼ਨ ਨੂੰ ਜਿਹੜਾ ਲੈਣ ਦੀ ਕੋਸ਼ਿਸ਼ ਕਰਦੀਆਂ ਨੇ, ਤਾਂ ਉਹਨਾਂ ਦੇ ਲਈ ਇਹਦੀ ਕੀ ਅਹਿਮੀਅਤ ਆ? ਸੋ ਬਹੁਤ ਵੱਡਾ ਮੈਸੇਜ ਆ ਇਹਦੀ, ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੀਆਂ ਜਿਹੜੀਆਂ ਮਹਿਲਾਵਾਂ ਦੇ, ਅਸੀਂ ਪ੍ਰਚਾਰ ਦੇ ਵਿੱਚ ਸਾਡੇ ਤੋਂ ਸ਼ਾਇਦ ਕਮੀ ਰਹਿ ਗਈ ਹੋਊਗੀ, ਪਰ ਉਹਨਾਂ ਲੇਡੀਜ਼ ਦੀ ਜਿਹੜੀ, ਉਹਨਾਂ ਔਰਤਾਂ ਨੇ ਜਿਹੜੀ ਆਪਣੀ ਕੈਂਪੇਨ ਆਪਣੇ ਤੌਰ 'ਤੇ ਜਿਹੜੀ ਖਿੱਚ ਲਈ ਆ, ਅਤੇ ਉਹ ਘਰ ਘਰ ਦੇ ਵਿੱਚ ਜਿਹੜਾ ਕੇਜਰੀਵਾਲ ਸਾਹਿਬ ਦਾ ਜਿਹੜਾ ਮੈਸੇਜ ਆ ਉਹ ਪਹੁੰਚ ਰਿਹਾ। ਗੁਰਮੀਤ ਸਿੰਘ ਖੁੱਡੀਆਂ, ਸਰ ਆਪਾਂ ਸੰਗਰੂਰ ਰੈਲੀ ਕਿਤੇ ਇਕੱਠ ਕੀਤਾ, ਕੀ ਮੁੱਖ ਕਾਰਨ ਹੈ ਸਰ? ਇਹ ਜਿਹੜੀ ਇਲੈਕਸ਼ਨ ਦੇ ਸੰਬੰਧ ਵਿੱਚ ਜੋ ਪੰਜਾਬ ਦੇ ਵਿੱਚ ਕੇਜਰੀਵਾਲ ਜੀ ਆ ਰਹੇ, ਉਹਨਾਂ ਵੱਲੋਂ ਵੱਖਰੋ ਵੱਖਰੀਆਂ ਗਰੰਟੀਆਂ ਦਿੱਤੀਆਂ ਮਹਿਲਾ ਦੀ, ਜਿਹੜੀ 1000 ਰੁਪਈਏ ਵਾਲੀ, ਉਹਦੇ ਸੰਬੰਧ ਵਿੱਚ ਲੋਕਾਂ ਨਾਲ ਜਨ ਸੰਪਰਕ ਕਰਨ ਲਈ ਆਏ। ਸਰ ਇੱਥੇ ਕਾਫੀ ਇਕੱਠ ਹੋਏਗਾ, ਲੋਕਾਂ ਨੇ ਵੀ ਕਾਫੀ ਕੁਐਸਚਨ ਕਰੇ ਨੇ, ਜਿਵੇਂ ਭੁੱਕੀ ਖੇਤੀ ਲਗਾ ਕੇ ਲਾ ਲਓ ਜਾਂ ਸਰਕਾਰੀ ਨੌਕਰੀ ਬਾਰੇ ਲਗਾ ਲਓ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਇਹਨਾਂ ਦੀਆਂ ਜਿਹੜੀਆਂ ਲੋੜਾਂ ਅਤੇ ਮੰਗਾਂ ਜ਼ਰੂਰ ਹੈ, ਔਰ ਜਿਹੜੀ ਵੀ ਸਰਕਾਰ ਬਣਦੀ ਉਹਦਾ ਫਰਜ਼ ਬਣਦਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ, ਚਾਹੇ ਇੱਥੋਂ ਦਾ ਨੌਜਵਾਨ ਬੇਰੁਜ਼ਗਾਰ ਹੈ, ਚਾਹੇ ਇੱਥੋਂ ਦਾ ਕਿਸਾਨ ਕਿਸੇ ਸਮੱਸਿਆ ਵਿੱਚ ਹੈ, ਚਾਹੇ ਉੱਥੋਂ ਦਾ ਵਪਾਰੀ ਕਿਸੇ ਸਮੱਸਿਆ ਵਿੱਚ, ਉਹ ਸਰਕਾਰ ਉਹਨੂੰ ਹੱਲ ਕਰੇ। ਪਹਿਲੀਆਂ ਸਰਕਾਰਾਂ ਇਹਦੇ ਵਿੱਚ ਫੇਲ ਰਹੀਆਂ, ਉਹਨਾਂ ਨੇ ਲੋਕਾਂ ਦਾ ਮਜ਼ਾਕ ਉਡਾਇਆ, ਔਰ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਹੈ, ਲੋਕਾਂ ਦੇ ਦੁੱਖ ਵੰਡਾਓ।
ਸੀਐਮ ਚਾਹੀਦੀ ਦੀ ਅਨਾਊਂਸਮੈਂਟ ਬਾਰੇ ਵੀ ਲੋਕਾਂ ਨੂੰ ਬਹੁਤ ਜਾਗਰੂਕ ਹੈ ਸੁਣਨ ਦੀ? ਉਹ ਮੇਰੇ ਹਿੱਸੇ ਨਹੀਂ ਆ ਸਕਦਾ, ਕਿਉਂਕਿ ਉਹ ਤਾਂ ਪਾਰਟੀ ਨੇ, ਹਾਈ ਕਮਾਂਡ ਨੇ ਕਰਨਾ, ਜੋ ਲੋਕਾਂ ਦੀ ਮੰਗ ਆ ਜ਼ਰੂਰ ਪੂਰੀ ਹੋ ਜੂ। ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ, ਜਿਨ੍ਹਾਂ ਦਾ ਇਹ ਕਹਿਣਾ ਗਾ ਕਿ ਜਦੋਂ ਵੀ ਸੀਐਮ ਦੀ ਘੋਸ਼ਣਾ ਹੋਵੇਗੀ ਬਹੁਤ ਜਲਦੀ ਹੋਣ ਵਾਲੀ ਹੈ, ਕੇਜਰੀਵਾਲ ਸਾਹਿਬ ਜੋ ਹੈ ਦੁਬਾਰਾ ਫਿਰ ਪੰਜਾਬ ਦੇ ਦੌਰੇ 'ਤੇ ਆਉਣ ਵਾਲੇ ਹਨ, ਹੋ ਸਕਦਾ ਹੈ ਉਸ ਟਾਈਮ ਜੋ ਕੈਂਡੀਡੇਟਾਂ ਦੀ ਲਿਸਟ ਹੈ ਉਹ ਵੀ ਜਾਰੀ ਕੀਤੀ ਜਾਵੇ ਜਾਂ ਸੀਐਮ ਚਿਹਰੇ ਦੀ ਅਨਾਊਂਸਮੈਂਟ ਕੀਤੀ ਜਾਵੇ। ਪਰ ਕਾਫੀ ਭਾਰੀ ਮਾਤਰਾ 'ਚ ਇਕੱਠ ਸੀ, ਕੇਜਰੀਵਾਲ ਦੀ ਜੋ ਤੀਜੀ ਗਰੰਟੀ ਹੈ ਉਸਦੇ ਸੰਬੰਧ ਵਿੱਚ ਅੱਜ ਮੀਟਿੰਗ ਰੱਖੀ ਗਈ ਸੀ ਅਤੇ ਇਸਦਾ ਮੁੱਖ ਏਜੰਡਾ ਸੀ ਇੱਕ ਮੌਕਾ ਕੇਜਰੀਵਾਲ ਨੂੰ ਇਸ ਵਾਰ ਚੱਲੇਗਾ ਝਾੜੂ। ਸੰਗਰੂਰ ਤੋਂ ਗੁਰਵਿੰਦਰ ਸਿੰਘ ਗੁਰੀ, ਰਿਪੋਰਟ ਆਜ਼ਾਦ ਟੀਵੀ ਨਿਊਜ਼। ਕੀ ਤੁਹਾਡਾ ਵੀ ਹੈ ਵਿਦੇਸ਼ ਵਿੱਚ ਘੁੰਮਣ ਅਤੇ ਪੜ੍ਹਨ ਦਾ ਸੁਪਨਾ, ਜਾਂ ਫਿਰ ਹੈ ਵਿਦੇਸ਼ ਵਿੱਚ ਵਸਣ ਦਾ ਇਰਾਦਾ, ਜਾਂ ਰਿਫਿਊਜ਼ਲ ਦਾ ਕਰ ਰਹੇ ਹੋ ਸਾਹਮਣਾ? ਨਿਰਾਸ਼ ਨਾ ਹੋਵੋ, ਅੱਜ ਹੀ ਮਿਲੋ ਸੇਵੀਅਰ ਐਜੂਕੇਸ਼ਨ ਐਬਰੋਡ ਪਟਿਆਲਾ। ਫੋਨ ਨੰਬਰ 9814695111 7880887 65। ਅੱਜ ਹੀ ਵਿਜਿਟ ਕਰੋ ਪਟਿਆਲਾ ਵਿਖੇ ਸੇਵੀਅਰ ਐਜੂਕੇਸ਼ਨ ਐਬਰੋਡ, ਅਸੀਂ ਕਰਾਂਗੇ ਹੱਲ ਤੁਹਾਡੀ ਹਰ ਮੁਸ਼ਕਿਲ ਦਾ।